ਵੇਖਣੀ ਹੋਈ ਮੇਰਾ ਅੱਲਾ ਮੁਸਾਫਰਾਂ ਬੇਕਫਨ ਲਾਸ਼ਾਂ ਦਾ ਵਾਸਤੇ, ਮੇਰਾ ਅੱਲਾ ਸ਼ਬੀਰ ਜ਼ਖਮੀ ਪਹਿਲੂ ਵਾਲੀ ਮਾਂ ਦੀ ਇੱਜ਼ਤ ਦਾ ਵਾਸਤੇ, ਮੇਰਾ ਅੱਲਾ ਕਰਬਲਾ ਆਲਮ ਦੀ ਤਸਲ ਵਾਸਤੇ, ਮਜਲਿਸ ਵਿੱਚ ਬਿਮਾਰੀ ਤੇ ਸ਼ਿਫਾਏ ਕੁੱਲੀ ਕਾਮਿਲਾ ਆਜਲਾ ਅਤਾ ਫਰਮਾ, ਮਜਲਿਸ ਵਿੱਚ ਬੇ ਔਲਾਦਿਨ ਤੋ ਫਰਜ਼ੰਦ ਅਲੀ ਅਤਾ ਫਰਮਾ, ਬਾਨੀਆਂ ਨੇ ਮਜਾਲੇ ਸਾਰੀ ਸੈਯਦ ਅਮੀਰ ਬਾਦਸ਼ਾਹ ਸਾਹਿਬ ਨੇ ਮੁਸਤਰਿਤ ਕੀ ਬਰਕਤ ਤਾ ਫਰਮਾ, ਉਹਨਾਂ ਦੀ ਵਾਲਦਾ ਦੇ ਦਰਜਾ ਬੁਲੰਦ ਫਰਮਾ, ਸਾਡੇ ਬਾਨੀ ਬਸ਼ੀਰ ਖਾਨ ਸਾਹਿਬ ਨੇ ਮੁਸਤਰਿਤ ਕੀ ਬਰਕਤ ਤਾ ਫਰਮਾ, ਆਖਰੀ ਦੁਆ ਇਮਾਮ ਜ਼ਮਾਨਾ ਬਾਦਸ਼ਾਹ ਦਾ ਜੋ ਜ਼ਹੂਰ ਫਰਮਾ, ਰੱਬਿ ਸੱਲੀ ਅਲਾ ਮੁਹੰਮਦ ਵਅਲ ਮੁਹੰਮਦ, ਇਤਨੀ ਬੁਲੰਦ ਸਲਾਵਾਤ ਪੜੋ ਜਿਤਨਾ ਤੁਹਾਡੇ ਦਿਲ ਚ ਮਕਾਮ ਹੁਸੈਨ ਬੁਲੰਦ ਹੈ, ਮੇਰੇ ਤੋਂ ਬਾਅਦ ਮੌਲਾ ਦੇ ਅਜ਼ੀਮ ਖਤੀਬ ਕਿਬਲਾ ਅਲਾਮਾ ਜਾਫਰ ਜੀ ਤੋਂ ਸਭ ਤਸ਼ਰੀਫ ਦਿੰਦੇ, ਮੈਂ ਇੱਕ ਬਾਣੀ ਦੀ ਸਿਹਤ ਨਾਲ ਵਰਤਨੀ ਘਰ ਫਕਰ ਹਾਜ਼ਰੀ ਦੀ ਮਜਲਿਸ, ਛੀਵਾਂ ਇਮਾਮ ਫਰਮਾਇੰਦਾ ਹੈ ਮੇਰਾ ਦਾਦਾ ਹੁਸੈਨ ਅਰਸ਼ ਤੇ ਬਹਿ ਕੇ ਦੋ ਬੰਦਕ ਵੇਦਾ ਬੈਠੇ, ਦੁਆ ਸਾਹਿਬ ਦੋ ਸਭ ਕਿਬਲਾ ਵਰਤਨੀ ਘਰ ਹੈ। ਹਾਂਜੀ, ਮੈਂ ਜੁਮਲਾ ਮਾਤਮ ਦਾ ਪੜ੍ਹਨਾ ਹੈ, ਵਰਤਨ ਅੱਲਾ ਕੋਲ ਦੁਆ ਗਈ ਹੈ, ਹੁਜਤ ਖੁਦਾ ਦਾ ਫਰਮਾਨ ਪੜ੍ਹੇ, ਕੋਈ ਅਮੀਰ ਬੰਦਨ ਰਹੀਸ ਬੰਦਨ ਸਈਂ ਫਰਮਾਨਨ ਨਹੀਂ, ਮੇਰਾ ਦਾਦਾ ਹੁਸੈਨ ਅਰਸ਼ ਤੇ ਬਹਿ ਕੇ ਯਾ ਗੁੰਬਦ ਤੇ ਖੜੇ ਹੋਏ ਜ਼ਵਾਰ ਕੋ ਦੇ ਦੇ, ਯਾ ਮਿੱਟੀ ਤੇ ਬੈਠੇ ਅਜ਼ਾਦਾਰ ਕੋ ਦੇ ਦੇ, ਇਤਨਾ ਜ਼ਹਿਨ ਵਿੱਚ ਰੱਖੇ ਸਹੀ ਖੁਦ ਦੇ ਦੇ ਬੈਠੇ ਨੌਕਰਾਂ, ਮੈਂ ਸੈਯਦਾਂ ਇਬਤਦਾਈ ਮਜਲਿਸ ਦੁਆ ਪਿਆ ਕਰੇ, ਮੈਂ ਇਨਸ਼ਾਅੱਲਾ ਹੁਸੈਨ ਦਾ ਮੁਸਾਇਬ ਨਸੀਬ ਹੋਵੇ, ਜਿਹੜਾ ਹੁਸੈਨ ਦੇ ਦੁੱਖ ਵਿੱਚ ਰੋਂਦਾ ਇਨਸ਼ਾਅੱਲਾ ਆਪਣੇ ਦੁੱਖ ਵਿੱਚ ਕਦਾ ਨਾ ਰੋਵੇ, ਸ਼ਬੀਰ ਕੇ ਬਦਨ ਮੇ ਜੋ ਖੂਨ ਰਹਿ ਗਿਆ, ਹਾਂ ਅੱਲੀ ਤਵਤ ਹੈ ਪਿਆਰੀ ਨਾ ਕਰੇ, ਛੀਵਾਂ ਇਮਾਮ ਫਰਮਾਇੰਦਾ ਹਰ ਗਮ ਵਿੱਚ ਰੋਣਾ ਮਕਰੂਹ ਹੈ, ਤੇ ਮੇਰੇ ਦਾਦੇ ਹੁਸੈਨ ਦੇ ਗਮ ਵਿੱਚ ਰੋਣਾ ਤਸਬੀਹ ਸੈਯਦਾ ਦਾ ਸਵਾਬ ਹੈ, ਸ਼ਬੀਰ ਕੇ ਬਦਨ ਮੇ ਜੋ ਖੂਨ ਰਹਿ ਗਿਆ ਵੋ ਸ਼ਾਮ ਮੇ ਸੱਜਾਦ ਕੀ ਆਂਖੋਂ ਸੇ ਬਹਿ ਗਿਆ, ਵੋ ਸ਼ਾਮ ਮੇ ਸੱਜਾਦ ਕੀ ਆਂਖੋਂ ਸੇ ਬਹਿ ਗਿਆ, ਜਿਹੜਾ ਕਿਹੜਾ ਮਾਤਮੀ ਹੈ ਮੈਂ ਉਹ ਹੱਥ ਦੇਖਣਾ ਚਾਹੁੰਦਾ ਜਿਹੜੇ ਥਾਏ ਮਾਤਮ ਵਾਸਤੇ ਖਾਲਕੀ ਤੇ ਕਬਰ ਹੁਸੈਨ ਨਾਲ ਮਸ ਨਹੀਂ ਕੀਤੇ, ਉਹ ਮਾਤਮੀਓ ਕਰਬਲਾ ਦੇ ਮੈਦਾਨ ਵਿੱਚ ਹੁਜਤ ਖੁਦਾ ਪਰ ਫਰਮਾਨਨ, ਕਰਬਲਾ ਦੇ ਮੈਦਾਨ ਵਿੱਚ ਜ਼ਵਾਸ ਹੈ ਹੁਜਤ ਖੁਦਾ ਪਰ ਫਰਮਾਨਨ, ਕਰਬਲਾ ਸਾਡੇ ਜਿਸਮ ਦਾ ਖੂਨ ਹੈ, ਸ਼ਾਮ ਵਿੱਚ ਸਾਡੀ ਗੈਰਤ ਦਾ ਖੂਨ ਹੈ, ਤੁਹਾਡੀ ਹਯਾਤ ਲੋ ਕਰਬਲਾ ਦੇ ਮੈਦਾਨ ਵਿੱਚ ਬਾਈ ਜਾਨ ਪੁੱਛੋ ਮੇਰੇ ਕੋਲ ਕਿਹੜਾ ਜ਼ੁਲਮ ਹੈ, ਸ਼ਾਮ ਵਿੱਚ ਬਾਬਾ ਜੀ ਕਿਹੜਾ ਜ਼ੁਲਮ ਹੈ, ਕਰਬਲਾ ਦੇ ਮੈਦਾਨ ਵਿੱਚ ਮਾਂ ਦੇ ਸਾਹਮਣੇ ਪੁੱਤਰ ਕੁਮਾਰਾ ਨੇ, ਸ਼ਾਮ ਵਿੱਚ ਪੁੱਤਰ ਦੇ ਸਾਹਮਣੇ ਮਾਂ ਕੁਮਾਰਾ ਨੇ, ਖਤਮ ਦਰਜਾਤ ਬੁਲੰਦ ਹੋਣ ਮੇਰੇ ਬਜ਼ੁਰਗ ਜ਼ਾਕਿਰ ਅਲ-ਬੈਦ ਸੀ ਸਿੱਤੈਨ ਸ਼ਾਹ, ਜੁਮਲਾ ਮਾਤਮ ਦਾ ਪੜ੍ਹਦੇ ਹੋਣ, ਇੱਥੇ ਹੀ ਇੱਕੋ ਜੁਮਲਾ ਪੜ੍ਹਨਾ ਹੈ, ਪੜ੍ਹਦੇ ਹੋਣੇ ਜਿਨ੍ਹਾਂ ਦੇ ਮੁਖਤਾਰ ਸ਼ਖਸੀ ਨੂੰ ਤਖਤ ਮਿਲੇ, ਤਖਤ ਬਹਿ ਕੇ ਬਦਲੇ ਬੈਠੇ ਜਿੰਦਾ ਹੈ, ਜਨਾਬ ਮੁਖਤਾਰ ਸ਼ਖਸੀ ਦੀ ਫੌਜ ਕੋ ਡਰ ਕੇ ਨਾ ਵਤਨਾਲੇ ਇੱਕ ਜ਼ਾਲਿਮ ਦੇ ਬੱਚੇ ਮਦੀਨੇ ਦੇ ਜੰਗਲ ਦਾ ਰੁਖ ਕੀਤਾ ਹੈ, ਮੁਕੱਦਮੀਨ ਜ਼ਾਕਰ ਇਵੇਂ ਪੜ੍ਹਦੇ ਹੋਣੇ ਉਹਦੇ ਚਿਹਰੇ ਤੇ ਨਕਾਬ ਹੈ, ਉਹਦੇ ਚਿਹਰੇ ਤੇ ਨਕਾਬ ਹੈ, ਬਜ਼ੁਰਗ ਸਮਝ ਗਏ ਉਹਦੇ ਚਿਹਰੇ ਤੇ ਨਕਾਬ ਹੈ, ਜਿਹੜੇ ਮਦੀਨੇ ਦੇ ਜੰਗਲ ਵਿੱਚ ਆਏ ਨਾ
ایان کو لے کے دے میں اجنبی ہاں نا والدان نا واقفان نا جاندا بکھاں پیاساں میں کو او دسترخوان دسا جتھا میں کو کھانی ملے پانی ملے ایالت تو نہیں جاندا اے سامنے لی گلی ویسے نا ایک وسیع القدر دسترخوان ہے جیندا میزبان آپ رات روندا بیٹھے مگر کسے کو روندا نہیں دیکھ سکتا مگر کسے کو روندا نہیں دیکھ سکتا ختم اے ظالم دا بچہ امام سجاد بادشاہ دے دسترخوان تے اے ظالم لے کے دے سجاد سجاد میں بکھا میں کو کھانا دے میں پیاسا میں کو پانی دے او ماتمیو امام دا نوکر دے نام منہار ہے منہار جلدی دے نال اٹھے اے کو کھانا ملے واں پانی ملے واں یا رات ود کوئی باقی دے بابے دی فرمینن منہار اگے مہمان آ دے رامنا ود ہوئی مہمان آسن انہاں نو کھانی تسا دیوائے پانی تسا دیوائے اے مہمان نہیں میں دے ایک کھانے میں آپ نے سان پانی میں آپ نے سان نوکر ایک کھانے میں آپ نے سان پانی میں آپ نے سان جناب باقر سہارا دیتے ہیں بڑی مشکل دے نال باقر دا بابا اٹھیں دات جنب دارو رو کے عدات برا مولا